ਸਾਰਿਆਂ ਦਾ ਵੀਡੀਓ ਵਿੱਚ ਬਹੁਤ ਹੀ ਸਵਾਗਤ ਹੈ ਜੀ। ਇੱਥੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਜੀ। ਮੈਂ ਇਸ ਵਕਤ ਖੜਾ ਹਾਂ ਜੀ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ। ਜੇ ਆਪਾਂ ਇਤਿਹਾਸਿਕ ਪੱਖ ਵੇਖੀਏ ਤਾਂ ਫਤਿਹਗੜ੍ਹ ਚੂੜੀਆਂ ਬਹੁਤ ਹੀ ਵੱਡਾ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ ਵਾ ਜੀ। ਖਾਲਸੇ ਰਾਜ ਵਿੱਚ ਮਹਾਰਾਣੀ ਚੰਦ ਕੌਰ ਦਾ ਜਿਹੜਾ ਜਨਮ ਸੀ ਉਹ ਇਸ ਫਤਿਹਗੜ੍ਹ ਚੂੜੀਆਂ ਵਿੱਚ ਹੋਇਆ ਸੀ। ਦੱਸਦੇ ਨੇ ਕਿ ਇੱਥੇ 40 ਸਾਲ ਪਹਿਲਾਂ ਬਹੁਤ ਹੀ ਵੱਡਾ ਇੱਕ ਕਿਲ੍ਹਾ ਸੀ, ਜਿਹਦੀਆਂ 40-45 ਸਾਲ ਪਹਿਲਾਂ ਨਿਸ਼ਾਨੀਆਂ ਸਾਰੀਆਂ ਖੁਰਦ ਬੁਰਦ ਹੋ ਚੁੱਕੀਆਂ ਨੇ ਅਤੇ ਨਜਾਇਜ਼ ਕਬਜ਼ੇ ਹੋ ਚੁੱਕੇ ਨੇ ਅਤੇ ਹੁਣ ਉੱਥੇ ਕੋਈ ਵੀ ਉਹਦੀ ਨਿਸ਼ਾਨੀ ਜਿਹੜੀ ਹੈ ਕਿਲ੍ਹੇ ਦੀ ਨਹੀਂ ਮਿਲਦੀ। ਅਤੇ ਮਹਾਰਾਣੀ ਚੰਦ ਕੌਰ ਨੂੰ ਆਪਾਂ ਜਾਣਦੇ ਹਾਂ ਵੀ ਖਾਲਸਾ ਰਾਜ ਵਿੱਚ 2.5-3 ਮਹੀਨੇ ਉਹਨਾਂ ਰਾਜ ਵੀ ਕੀਤਾ ਵਾ। ਅਤੇ ਆਓ ਅੱਜ ਜਾਣਦੇ ਸਾਰਾ ਇਤਿਹਾਸ ਫਤਿਹਗੜ੍ਹ ਚੂੜੀਆਂ ਅਤੇ ਨਾਲ ਨਾਲ ਆਪਾਂ ਸੈਰ ਕਰਦੇ ਹਾਂ ਜੀ ਫਤਿਹਗੜ੍ਹ ਚੂੜੀਆਂ ਦੀ। ਘਨੱਈਆ ਮਿਸਰ ਦਾ ਰਾਜ ਜੀ ਉਦੋਂ ਬਟਾਲੇ ਵਿੱਚ, ਅਤੇ ਮੁਖੀ ਸਨ ਉਹਨਾਂ ਦੇ ਜੈ ਸਿੰਘ, ਉਹਨਾਂ ਦੇ ਮੁਖੀ ਸਨ ਉਸ ਸਮੇਂ। ਸੰਗਤਪੁਰ ਦੇ ਹਕੀਕਤ ਸਿੰਘ ਨੂੰ ਫਤਿਹਗੜ੍ਹ ਚੂੜੀਆਂ ਅਤੇ ਕਲਾਨੌਰ ਦਾ ਇਲਾਕਾ ਮਿਲਿਆ ਸੀ, ਉਦੋਂ ਵੰਡ ਹੋਈ ਸੀ ਇਲਾਕਿਆਂ ਦੀ ਅਤੇ ਇੱਦਾਂ ਕਰਕੇ ਉਹਨਾਂ ਨੂੰ ਇਹ ਇਲਾਕਾ ਮਿਲਿਆ। 1782 ਵਿੱਚ ਹਕੀਕਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਅਤੇ ਉਹਨਾਂ ਦਾ ਪੁੱਤਰ ਸੀ ਜੈਮਲ ਸਿੰਘ, ਫਿਰ ਇਹ ਇਲਾਕਾ ਜੈਮਲ ਸਿੰਘ ਨੂੰ ਮਿਲ ਗਿਆ। ਅਤੇ ਜੈਮਲ ਸਿੰਘ ਦੇ ਘਰ 1802 ਈਸਵੀ ਨੂੰ ਇੱਕ ਲੜਕੀ ਨੇ ਜਨਮ ਲਿਆ ਜਿਹਦਾ ਨਾਂ ਚੰਦ ਕੌਰ ਰੱਖਿਆ ਗਿਆ। ਅਤੇ ਇਹੀ ਅੱਗੇ ਜਾ ਕੇ ਮਹਾਰਾਣੀ ਚੰਦ ਕੌਰ ਸਿੱਖ ਧਰਮ ਵਿੱਚ ਕਹਿਲਾਈ। ਉੱਧਰ ਸ਼ੁਕਰ ਚੱਕੀਆ ਮਿਸਲ ਦੇ ਜਿਹੜੇ ਮੁਖੀ ਸਨ ਉਹ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਦਾਤਾਰ ਕੌਰ ਦਾ ਪੁੱਤਰ ਸੀ ਮਹਾਰਾਜਾ ਖੜਕ ਸਿੰਘ। ਮਹਾਰਾਜਾ ਖੜਕ ਸਿੰਘ ਦਾ ਜਿਹੜਾ ਵਾ ਵਿਆਹ ਉਹ ਚੰਦ ਕੌਰ ਨਾਲ ਹੋਇਆ ਅਤੇ ਲਗਭਗ 1812 ਵਿੱਚ ਮਹਾਰਾਣੀ ਚੰਦ ਕੌਰ ਨੂੰ ਲਾਹੌਰ ਤੋਂ ਮਹਾਰਾਜਾ ਖੜਕ ਸਿੰਘ ਜੀ ਵਿਆਹੁਣ ਵਾਸਤੇ ਆਏ। ਉਸ ਬਰਾਤ ਵਿੱਚ ਬਹੁਤ ਹੀ ਵੱਡੇ ਵੱਡੇ ਅਹਿਲਕਾਰ, ਸੋਨੇ ਨਾਲ ਲੱਦੇ ਹਾਥੀ ਘੋੜੇ ਸ਼ਾਮਿਲ ਸਨ। ਅੰਗਰੇਜ਼ਾਂ ਦੇ ਉੱਚ ਪਦਵੀਆਂ 'ਤੇ ਬੈਠਣ ਵਾਲੇ ਅਫਸਰ ਉਸ ਬਰਾਤ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਕੀਤੀ ਅਤੇ ਬਹੁਤ ਹੀ ਜਸ਼ਨਾਂ ਦੇ ਨਾਲ ਬਰਾਤ ਉਸ ਟਾਈਮ 1812 ਵਿੱਚ ਫਤਿਹਗੜ੍ਹ ਚੂੜੀਆਂ ਆਈ। ਉਸ ਬਰਾਤ ਦੀ ਆਓ ਭਗਤ ਵਾਸਤੇ ਇੱਥੇ ਇੱਕ ਤਲਾਬ ਬਣਿਆ ਜਿਹੜਾ ਕਿ ਹੁਣ ਮੰਦਿਰ ਦੇ ਨਾਲ ਆ ਜਾਂਦਾ ਵਾ। 1821 ਵਿੱਚ ਮਹਾਰਾਜਾ ਖੜਕ ਸਿੰਘ ਅਤੇ ਮਹਾਰਾਣੀ ਚੰਦ ਕੌਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਕੰਵਰ ਨੌ ਨਿਹਾਲ ਸਿੰਘ ਰੱਖਿਆ ਗਿਆ। ਫਿਰ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਬੀਬੀ ਸਾਹਿਬ ਕੌਰ ਨਾਲ ਕੀਤਾ ਗਿਆ। ਹੁਣ ਬੀਬੀ ਸਾਹਿਬ ਕੌਰ ਕੌਣ ਸਨ? ਬੀਬੀ ਸਾਹਿਬ ਕੌਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਸਨ, ਜਿਨ੍ਹਾਂ ਦਾ ਵਿਆਹ ਕੰਵਰ ਨੌ ਨਿਹਾਲ ਦੇ ਨਾਲ ਚਾਈ ਚਾਈ ਅਤੇ ਖੁਸ਼ੀ ਖੁਸ਼ੀ ਜਿਨ੍ਹਾਂ ਦਾ ਵਿਆਹ ਕੀਤਾ ਗਿਆ। ਫਤਿਹਗੜ੍ਹ ਚੂੜੀਆਂ ਘਨੱਈਆ ਮਿਸਲ ਦੇ ਸਰਦਾਰਾਂ ਦੀਆਂ ਸਮਾਧਾਂ ਵੀ ਬਹੁਤ ਬਣੀਆਂ ਹਨ। ਅਤੇ ਹੁਣ ਆਪਾਂ ਇਤਿਹਾਸਿਕ ਨੂੰ ਪੱਖ ਨੂੰ ਅੱਗੇ ਤੋਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਖੜਕ ਸਿੰਘ ਮਹਾਰਾਜਾ ਦੇ ਸਿੰਘਾਸਨ 'ਤੇ ਬੈਠੇ। ਮਹਾਰਾਜਾ ਖੜਕ ਸਿੰਘ ਨੇ ਅਜੇ 3 ਮਹੀਨੇ ਰਾਜ ਕੀਤਾ ਸੀ ਕਿ ਧਿਆਨ ਚੰਦ ਡੋਗਰਾ ਨੇ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਧਿਆਨ ਚੰਦ ਡੋਗਰਾ ਨੇ ਮਹਾਰਾਣੀ ਚੰਦ ਕੌਰ ਅਤੇ ਕੰਵਰ ਨੌ ਨਿਹਾਲ ਨੂੰ ਉਹਨਾਂ ਦੇ ਪਿਤਾ ਦੇ ਖਿਲਾਫ਼ ਹੀ ਭੜਕਾਉਣਾ ਸ਼ੁਰੂ ਕਰ ਦਿੱਤਾ। ਜੋ ਲੂਜ਼ ਪੁਆਇੰਟ ਵਿਰੋਧੀ ਵੇਖਦੇ ਨੇ
ਸਾਡੇ ਵਿੱਚ, ਕਿਉਂਕਿ ਅਸੀਂ ਕਦੇ ਵੀ ਸੰਪੂਰਨ ਨਹੀਂ ਹੁੰਦੇ, ਕੁਝ ਨਾ ਕੁਝ ਲੂਜ਼ ਪੁਆਇੰਟ ਹੁੰਦੇ ਆ। ਉਹ ਲੂਜ਼ ਪੁਆਇੰਟਾਂ ਨੂੰ ਮਹਾਰਾਣੀ ਅਤੇ ਪੁੱਤਰ ਦੇ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਉਹਨਾਂ ਦਾ ਮੋਹ ਮਹਾਰਾਜਾ ਖੜਗ ਸਿੰਘ ਤੋਂ ਭੰਗ ਹੋਣਾ ਸ਼ੁਰੂ ਹੋ ਗਿਆ। ਫਿਰ ਉਹਨਾਂ ਨੂੰ ਦਿਮਾਗੀ ਤੌਰ 'ਤੇ ਅਪਾਹਜ ਕਰਨ ਵਾਸਤੇ ਸਲੋਅ ਪੋਇਜ਼ਨ ਦੇ ਤੌਰ 'ਤੇ ਕੁਝ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ ਮਹਾਰਾਜਾ ਖੜਗ ਸਿੰਘ ਨੂੰ ਕੈਦ ਵੀ ਕਰਵਾ ਦਿੱਤੀ ਅਤੇ ਉਸੇ ਕੈਦ ਵਿੱਚ ਹੀ ਮਹਾਰਾਜਾ ਖੜਗ ਸਿੰਘ ਜੀ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰਕੇ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਅਕਾਲ ਚਲਾਣੇ 'ਤੇ ਜਦ ਸਸਕਾਰ ਕਰਕੇ ਵਾਪਸ ਆ ਰਹੇ ਸਨ ਕੰਵਰ ਨੌ ਨਿਹਾਲ ਸਿੰਘ, ਅਤੇ ਉਹਨਾਂ ਨੂੰ ਛੱਤ ਤੋਂ ਕੋਈ ਚੀਜ਼ ਕਿੰਗੜਾ ਦੱਸ ਜਾਂ ਕੋਈ ਸੀਮਟ ਦਾ ਜਾਂ ਕੋਈ ਪੱਥਰਾਂ ਦਾ ਉਹਨਾਂ ਦੇ ਸਿਰ 'ਤੇ ਮਾਰ ਕੇ ਉਹਨਾਂ ਨੂੰ ਵੀ ਸ਼ਹੀਦ ਕਰਤਾ ਗਿਆ ਜਾਂ ਅਕਾਲ ਚਲਾਣਾ ਹੋ ਗਈ। ਉਹ ਵੀ ਉਹਨਾਂ ਦਾ ਰਾਜ ਲਗਭਗ 1 ਸਾਲ ਵਾਸਤੇ ਖਾਲਸਾ ਰਾਜ ਲਾਹੌਰ ਵਿਖੇ ਉਹਨਾਂ ਦਾ ਰਿਹਾ। ਫਿਰ ਮਸਲਾ ਉੱਠਿਆ ਕਿ ਰਾਜ ਹੁਣ ਰਾਜ ਕਿਹਦੇ ਕੋਲ ਜਾਵੇ, ਮਹਾਰਾਜਾ ਸ਼ੇਰ ਸਿੰਘ ਕੋਲ ਜਾਵੇ ਅਤੇ ਇੱਕ ਜਾਂ ਮਹਾਰਾਣੀ ਜੋ ਸਾਹਿਬ ਕੌਰ ਜੋ ਕਿ ਉਸ ਵੇਲੇ ਗਰਭਵਤੀ ਸਨ ਜਿਨ੍ਹਾਂ ਦੀ ਕੁੱਖ ਵਿੱਚ ਬੱਚਾ ਸੀ। ਫਿਰ ਫੈਸਲਾ ਹੋਇਆ ਕਿ ਜਿਹੜਾ ਨਵ ਜੰਮਿਆ ਬੱਚਾ ਹੈ ਉਹ ਰਾਜਾ ਬਣਨਾ ਚਾਹੀਦਾ ਹੈ। ਇਸ ਗੱਲ ਜਦੋਂ ਹੋਈ ਅਤੇ ਧਿਆਨ ਚੰਦ ਡੋਗਰਾ ਨੇ ਫਿਰ ਆਪਣੀਆਂ ਚਾਲਾਂ ਜਿਹੜੀਆਂ ਵਾ ਉਹ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਦਿਨਾਂ ਵਿੱਚ ਫੌਜ ਦੀ ਕਮਾਂਡ ਮਹਾਰਾਣੀ ਚੰਦ ਕੌਰ ਜੀ ਸਾਂਭਦੇ ਸਨ, ਜੋ ਕਿ ਫਤਿਹਗੜ੍ਹ ਚੂੜੀਆਂ ਤੋਂ ਜਿਨ੍ਹਾਂ ਦਾ ਇਤਿਹਾਸ ਆਪਾਂ ਅੱਜ ਗੱਲ ਕਰ ਰਹੇ ਹਾਂ। ਉਹ ਬਹੁਤ ਹੀ ਸਿਆਣੀ ਔਰਤ ਗਿਣੇ ਜਾਂਦੇ ਸਨ। ਉਹ ਪਰੇਡ ਵਿੱਚ ਆਪ ਸ਼ਾਮਿਲ ਹੋ ਕੇ ਪਰੇਡ ਕਰਵਾਉਂਦੇ ਸਨ ਅਤੇ ਡਿਸਿਪਲਿਨ ਦਾ ਪੂਰਾ ਖਿਆਲ ਰੱਖਦੇ ਸਨ। ਆਪਾਂ ਵੇਖਦੇ ਹਾਂ ਜਦ ਵੀ ਕੋਈ ਡਿਸਿਪਲਿਨ ਪਸੰਦ ਮਨੁੱਖ ਕਿਸੇ ਵੀ ਸੰਸਥਾ ਵਿੱਚ ਕੰਮ ਕਰਦਾ ਹੈ ਤਾਂ ਉਹਦੇ ਦੁਸ਼ਮਣ ਜ਼ਿਆਦਾ ਬਣ ਜਾਂਦੇ ਹਨ, ਉਹਦੇ ਸ਼ੁਭ ਚਿੰਤਕ ਥੋੜ੍ਹੇ ਰਹਿ ਜਾਂਦੇ ਹਨ, ਕਿਉਂਕਿ ਉਹ ਕਿਸੇ ਦੀ ਚਮਚਾਗਿਰੀ ਕਰਨੀ ਪਸੰਦ ਨਹੀਂ ਕਰਦਾ। ਚਮਚਾਗਿਰੀ ਤੋਂ ਬਗੈਰ ਜਿਹੜੀ ਕਲਯੁੱਗ ਦੀ ਵਾਗਡੋਰ ਆ ਉਹ ਮੱਧਮ ਰਹਿ ਜਾਂਦੀ ਹੈ, ਢਿੱਲੀ ਰਹਿ ਜਾਂਦੀ ਆ। ਇਹ ਅਸੀਂ ਆਮ ਅੱਜ ਵੀ ਵੇਖਦੇ ਹਾਂ। ਇਸੇ ਚੀਜ਼ ਦਾ ਫਾਇਦਾ ਲੈ ਕੇ ਧਿਆਨ ਚੰਦ ਡੋਗਰੇ ਨੇ ਫਾਇਦਾ ਚੁੱਕਿਆ ਅਤੇ ਫੌਜ ਨੂੰ ਹੌਲੀ ਹੌਲੀ ਫੌਜ ਦੇ ਅਹਿਲਕਾਰਾਂ ਨੂੰ ਮਹਾਰਾਣੀ ਚੰਦ ਕੌਰ ਦੇ ਖਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਫਲਾਣੀ ਸੈਨਾ ਵਿੱਚ ਇਨਾਮ ਮਿਲਦੇ ਹਨ, ਫਲਾਣੇ ਦੇਸ਼ਾਂ ਵਿੱਚ ਇੱਦਾਂ ਹੁੰਦਾ ਹੈ, ਪਰ ਤੁਹਾਨੂੰ ਮਹਾਰਾਣੀ ਕੋਈ ਵੀ ਇਨਾਮ ਵਗੈਰਾ ਨਹੀਂ ਦਿੰਦੀ ਅਤੇ ਤੁਹਾਡੇ ਉੱਤੇ ਹੁਕਮ ਚਾੜਦੀ ਹੈ। ਹੁਕਮ ਵੀ ਤੁਸੀਂ ਇੱਕ ਜਨਾਨੀ ਕੋਲੋਂ ਹੁਕਮ ਸੁਣਦੇ ਹੋ, ਤੁਸੀਂ ਬੰਦੇ ਹੋ, ਤੁਸੀਂ ਸ਼ੇਰ ਹੋ ਅਤੇ ਇੱਕ ਜਨਾਨੀ ਤੁਹਾਨੂੰ ਹੁਕਮ ਚਾੜਦੀ ਹੈ, ਇਹ ਗੱਲ ਚੰਗੀ ਨਹੀਂ ਹੈ। ਇੱਦਾਂ ਕਰਕੇ ਜਿਹੜੀ ਸੈਨਾ ਵਾ ਉਹ ਮਹਾਰਾਣੀ ਚੰਦ ਕੌਰ ਦੇ ਅੰਦਰੋਂ ਅੰਦਰੀ ਜ਼ਿਆਦਾ ਖਿਲਾਫ਼ ਹੋਣੀ ਸ਼ੁਰੂ ਹੋ ਗਈ ਅਤੇ ਕੁਝ ਬੰਦੇ ਨਾਲ ਵੀ ਸਨ ਪਰ ਉਹ ਥੋੜ੍ਹੇ ਸਨ। ਧਿਆਨ ਚੰਦ ਡੋਗਰਾ ਆਪਣੀਆਂ ਚਾਲਾਂ ਚੱਲ ਕੇ ਮਹਾਰਾਜਾ ਸ਼ੇਰ ਸਿੰਘ ਦੇ ਨਾਮ ਇੱਕ ਚਿੱਠੀ ਲਿਖ ਕੇ ਬਟਾਲੇ ਭੇਜ ਦਿੱਤੀ ਕਿ ਮੈਂ ਆਪਣਾ ਕੰਮ ਜੋ ਮੈਂ ਘੋਣਾ ਲਾਉਣਾ ਸੀ ਸੈਨਾ ਨੂੰ ਉਹ ਮੈਂ ਲਾ ਦਿੱਤਾ ਹੈ, ਹੁਣ ਤੂੰ ਇੱਥੇ ਆਣ ਕੇ ਅਤੇ ਰਾਜ 'ਤੇ ਕਬਜ਼ਾ ਕਰ ਲਓ। ਫਿਰ 4 ਜਨਵਰੀ 1841 ਨੂੰ ਮਹਾਰਾਜਾ ਸ਼ੇਰ ਸਿੰਘ ਸਾਰਾ ਲਾਮ ਲਸ਼ਕਰ ਲੈ ਕੇ ਲਾਹੌਰ 'ਤੇ ਕਬਜ਼ਾ ਕਰਨ ਵਾਸਤੇ ਚਲੇ ਗਏ। ਉੱਥੇ ਜਦ ਗਏ ਤਾਂ ਜ਼ਿਆਦਾ ਸੈਨਾ ਮਹਾਰਾਜਾ ਸ਼ੇਰ ਸਿੰਘ ਵੱਲ ਹੋ ਗਈ, ਮਹਾਰਾਣੀ ਚੰਦ ਕੌਰ ਵੱਲ ਕੇਵਲ ਗਿਣਤੀ ਦੇ 5000 ਸਿਪਾਹੀ ਰਹਿ ਗਏ ਜੋ ਕਿਲ੍ਹੇ ਦੇ ਅੰਦਰ ਉਹਨਾਂ ਦੇ ਵੱਲ ਸਨ, ਪਰ ਬਹੁਤਾਂਤ ਸਿਪਾਹੀ ਜਿਹੜੇ ਆ ਮਹਾਰਾਜਾ ਸ਼ੇਰ ਸਿੰਘ ਦੀ ਅਧੀਨਤਾ ਕਬੂਲ ਗਏ ਸਨ। 2 ਦਿਨ ਦੀ ਲੜਾਈ ਤੋਂ ਬਾਅਦ ਕੁਝ ਫੈਸਲਾ ਹੋਣ ਦੇ ਆਸਾਰ ਵੱਜੇ। ਫੈਸਲਾ ਹੋਇਆ ਕਿ 16 ਲੱਖ ਦੀ ਜਗੀਰ ਮਹਾਰਾਣੀ ਚੰਦ ਕੌਰ ਨੂੰ ਦਿੱਤੀ ਗਈ ਅਤੇ ਗੁਲਾਬ ਸਿੰਘ ਨੂੰ ਪ੍ਰਬੰਧਕ ਬਣਾ ਦਿੱਤਾ ਗਿਆ ਅਤੇ ਗੁਲਾਬ ਸਿੰਘ ਖਜ਼ਾਨਾ ਲੈ ਕੇ ਜੰਮੂ ਵੱਲ ਨਿਕਲ ਗਿਆ। ਇਸੇ ਦੌਰਾਨ ਹੀ ਮਹਾਰਾਜਾ ਸ਼ੇਰ ਸਿੰਘ ਦੇ ਮਨ ਵਿੱਚ ਇੱਕ ਗੱਲ ਆਈ ਕਿ ਕਿਉਂ ਨਾ ਮੈਂ ਮਹਾਰਾਣੀ ਚੰਦ ਕੌਰ ਨਾਲ ਵਿਆਹ ਕਰਵਾ ਲਵਾਂ
ਜਾਂ ਚਾਦਰ ਪਾ ਲਵਾਂ, ਇੱਦਾਂ ਲਿਖਿਆ ਇਤਿਹਾਸ ਵਿੱਚ ਸਾਨੂੰ ਮਿਲਦਾ ਹੈ। ਇਹ ਗੱਲ ਜਦ ਧਿਆਨ ਚੰਦ ਡੋਗਰਾ ਅਤੇ ਗੁਲਾਬ ਸਿੰਘ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਇਹ ਗੱਲ ਦੇ ਉੱਤੇ ਵਿਰੋਧ ਕੀਤਾ। ਉਹਨਾਂ ਨੇ ਮਹਾਰਾਣੀ ਚੰਦ ਕੌਰ ਨੂੰ ਵੱਖਰਾ ਚੁੱਕਿਆ ਅਤੇ ਮਹਾਰਾਜਾ ਸ਼ੇਰ ਸਿੰਘ ਨੂੰ ਵੱਖਰਾ ਚੁੱਕਿਆ ਕਿ ਇਹ ਗੱਲ ਸਹੀ ਨਹੀਂ ਹੈ, ਅਤੇ ਉਹਨਾਂ ਦੇ ਗੱਲ ਖਾਨੇ ਪਾ ਦਿੱਤੀ ਕਿ ਵਿਆਹ ਕਰਾਉਣਾ ਜਾਂ ਚਾਦਰ ਪਾਉਣਾ ਸ਼ਬਦ ਜੋ ਆਪਾਂ ਵਰਤਦੇ ਹਾਂ ਇਹ ਬਿਹਤਰ ਨਹੀਂ ਹੈ, ਤੁਸੀਂ ਆਪਣੇ ਹੱਕ ਹੀ ਲਓ। ਉਹਨਾਂ ਨੂੰ ਵੀ ਕਹਿਤਾ ਵੀ ਆਪਣੇ ਹੱਕ ਲਓ ਅਤੇ ਉੱਧਰ ਵੀ ਕਹਿਤਾ ਆਪਣੇ ਹੱਕ ਲਓ। ਉਹਦੇ ਵਿੱਚ ਆਪ ਲੈਂਦੇ ਸਨ ਉਹ ਨਜ਼ਾਰੇ, ਜੋ ਕਿ ਅੱਜ ਵੀ ਤੀਜੇ ਬੰਦੇ ਜਦ ਦੋ ਪਰਿਵਾਰ ਦੋ ਚਾਚੇ ਤਾਏ ਆਪਸ ਵਿੱਚ ਲੜਦੇ ਹਨ ਤਾਂ ਤੀਸਰਾ ਬੰਦਾ ਹਮੇਸ਼ਾ ਨਜ਼ਾਰੇ ਹੀ ਲੈਂਦਾ ਹੈ। ਇੱਕ ਭਰਾ ਨੂੰ ਨਹੀਂ ਪਤਾ ਹੁੰਦਾ ਕਿ ਮੇਰਾ ਜਿਹੜਾ ਦੂਜਾ ਭਰਾ ਵਾ ਉਹ ਮੇਰਾ ਹਮਾਇਤੀ ਹੀ ਹੈ, ਮੇਰਾ ਦੁਸ਼ਮਣ ਨਹੀਂ ਹੈ, ਪਰ ਗੱਲਾਂ ਦੇ ਨਾਲ ਉਹਨੂੰ ਦੁਸ਼ਮਣ ਬਣਾ ਦਿੱਤਾ ਜਾਂਦਾ ਹੈ। ਅੱਜ ਵੀ ਇਹ ਆਪਾਂ ਵੇਖਦੇ ਹਾਂ ਅਤੇ ਉਦੋਂ ਵੀ ਸ਼ਾਹੀ ਰਾਜਸੀ ਖਾਲਸਾ ਰਾਜ ਵਿੱਚ ਇੱਦਾਂ ਹੀ ਪਤਨ ਜਿਹੜਾ ਵਾ ਘੁਣ ਨਾਲ ਹੀ ਹੋਇਆ, ਜੋ ਘੁਣ ਕੇ ਵਿਰੋਧੀਆਂ ਨੇ ਲਾਇਆ ਸੀ। ਧਿਆਨ ਚੰਦ ਨੇ ਫਿਰ ਬਹੁਤ ਹੀ ਕੋਝੀ ਚਾਲ ਚੱਲੀ। ਜਦ ਮਹਾਰਾਜਾ ਸ਼ੇਰ ਸਿੰਘ ਵਜ਼ੀਰਾਬਾਦ ਸਿਆਲਕੋਟ ਵੱਲ ਇਲਾਕਾ ਹੈ ਉੱਥੇ ਗਏ ਸਨ ਤਾਂ ਇਹਨਾਂ ਦਿਨਾਂ ਵਿੱਚ ਧਿਆਨ ਚੰਦ ਨੇ ਆਪਣੀਆਂ ਚਾਰ ਗੋਲੀਆਂ ਚਾਰ ਦਾਸੀਆਂ ਨੂੰ ਲਾਲਚ ਦੇ ਕੇ, ਪੈਸੇ ਦੇ ਕੇ, ਸੋਨਾ ਦੇ ਕੇ ਉਹਨਾਂ ਨੂੰ ਇਹ ਕਿਹਾ ਕਿ ਉਹ ਮਹਾਰਾਣੀ ਚੰਦ ਕੌਰ ਦਾ ਖਾਤਮਾ ਕਰਨ। ਉਹਨਾਂ ਨੇ ਵੱਟਿਆਂ ਨਾਲ ਲੱਕੜ ਦੇ ਲੱਠ ਨਾਲ ਮਹਾਰਾਣੀ ਚੰਦ ਕੌਰ ਨੂੰ ਸਵੇਰੇ ਜਦੋਂ ਉਹ ਮਹਿਲਾਂ ਤੋਂ ਬਾਹਰ ਨਿਕਲੇ ਉਹਨਾਂ ਦੇ ਸਿਰ 'ਤੇ ਵਾਰ ਕਰਕੇ ਉਹਨਾਂ ਨੂੰ ਮਾਰ ਦਿੱਤਾ ਅਤੇ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਬਾਹਰ ਨਾਲੀ ਵਿੱਚ ਸੁੱਟ ਦਿੱਤੀ। ਧਿਆਨ ਚੰਦ ਨੇ ਇਸੇ ਗੱਲ ਦਾ ਫਾਇਦਾ ਚੁੱਕਦਿਆਂ ਮਹਾਰਾਣੀ ਸਾਹਿਬ ਕੌਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਧਿਆਨ ਚੰਦ ਨੇ ਕੋਈ ਵੀ ਸਬੂਤ ਨਾ ਛੱਡਦਿਆਂ ਆਪਣੀਆਂ ਚਾਰ ਗੋਲੀਆਂ ਅਤੇ ਚਾਰ ਦਾਸੀਆਂ ਨੂੰ ਵੀ ਮਾਰ ਮੁਕਾਇਆ। ਕਿਤੇ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਫਾਹੇ ਲਾ ਦਿੱਤਾ, ਕਿਤੇ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਪਰ ਸੱਚਾਈ ਇਹ ਹੈ ਕਿ ਉਹਨਾਂ ਅੱਠਾਂ ਨੂੰ ਵੀ ਆਪਣੀ ਸਜ਼ਾ ਜਿਹੜੀ ਆ ਉਹ ਮਿਲ ਗਈ, ਕਿਉਂਕਿ ਉਹਨਾਂ ਨੇ ਵੀ ਗਦਾਰੀ ਕੀਤੀ ਸੀ ਅਤੇ ਗਦਾਰਾਂ ਨੂੰ ਗਦਾਰ ਹੋਰ ਪੈ ਗਏ, ਅੱਗੇ ਹੋਰ ਗਦਾਰਾਂ ਨੂੰ ਗਦਾਰ ਜਿਹੜੇ ਆ ਉਹ ਪੈ ਜਾਣੇ ਹਨ। ਅੱਗੇ ਆਪਾਂ ਸੁਣਦੇ ਹਾਂ। ਜਦ ਮਹਾਰਾਜਾ ਸ਼ੇਰ ਸਿੰਘ ਆਏ ਤਾਂ ਉਹਨਾਂ ਨੇ ਆਣ ਕੇ ਇਹ ਸਾਰਾ ਮੰਜ਼ਰ ਵੇਖਿਆ, ਪਰ ਧਿਆਨ ਚੰਦ ਡੋਗਰਾ ਆਪਣੀ ਚਾਲ ਚੱਲ ਚੁੱਕਿਆ ਸੀ, ਵਿਰੋਧੀ ਆਪਣੀ ਚਾਲ ਚੱਲ ਚੁੱਕੇ ਸਨ। ਅਗਲਾ ਇਤਿਹਾਸ ਜੋ ਮਹਾਰਾਜਾ ਸ਼ੇਰ ਸਿੰਘ ਦਾ ਖਾਤਮਾ ਕਿੱਦਾਂ ਹੋਇਆ ਉਹ ਆਪਾਂ ਵੀਡੀਓ ਬਣਾਈ ਹੈ, ਜਿਹੜੀ ਆਪਾਂ ਬਟਾਲੇ ਜਿਹਨੂੰ ਭੂਲ ਭੁਲੱਈਆ ਜਾਂ ਮਕਬਰਾ ਕਹਿ ਦਿੰਦੇ ਹਾਂ ਆਪਾਂ ਮਹਾਰਾਜਾ ਸ਼ੇਰ ਸਿੰਘ, ਜੋ ਕਿ ਬੇਰਿੰਗ ਕਾਲ ਦੇ ਬਿਲਕੁਲ ਸਾਹਮਣੇ ਹੈ, ਉੱਥੋਂ ਦੀ ਵੀਡੀਓ ਹੈ, ਉਹ ਤੁਸੀਂ ਜੇ ਨਹੀਂ ਵੇਖੀ ਤਾਂ ਉਹ ਵੀ ਵੇਖ ਲਿਓ। ਇਤਿਹਾਸਿਕ ਸਾਂਝ ਜੋ ਆਪਾਂ ਇੱਥੇ ਪਾਈ ਹੈ, ਜੇ ਵੀਡੀਓ ਵਿੱਚ ਮਾੜਾ ਮੋਟਾ ਵੀ ਉਪਰਾਲਾ ਚੰਗਾ ਲੱਗੇ ਚੈਨਲ 'ਤੇ ਨਵੇਂ ਜੇ ਸਬਸਕ੍ਰਾਈਬ ਕਰਿਓ, ਵੀਡੀਓ 'ਚ ਪਸੰਦ ਆਵੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਜੀ। ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਜਿਹੜਾ ਇਤਿਹਾਸ ਹੈ, ਪਹਿਲਾਂ ਵੀ 3 ਸਾਲ ਮੈਂ ਇਸ ਜਗ੍ਹਾ 'ਤੇ ਪੜ੍ਹਾ ਕੇ ਜਾ ਚੁੱਕਿਆ ਹਾਂ। ਫਤਿਹਗੜ੍ਹ ਚੂੜੀਆਂ ਮੇਰੀ ਇੱਥੇ ਪੋਸਟਿੰਗ ਸੀ, ਪਰ ਉਦੋਂ ਮੈਨੂੰ ਇਤਿਹਾਸ ਬਾਰੇ ਜਾਣਕਾਰੀ ਨਹੀਂ ਸੀ। ਹੁਣ ਜਦ ਇੱਥੇ ਡਿਊਟੀ 'ਤੇ ਹੀ ਆਪਾਂ ਇੱਥੇ ਆਏ ਹਾਂ ਅਤੇ ਮੈਂ ਸੋਚਿਆ ਕਿ ਆਪਾਂ ਕਿਉਂ ਨਾ ਇੱਕ ਵੀਡੀਓ ਸਾਂਝੀ ਕਰੀਏ ਜਿਹਦੇ ਵਿੱਚ ਆਪਾਂ ਇਤਿਹਾਸ ਦੀ ਗੱਲ ਕਰੀਏ, ਮਹਾਰਾਣੀ ਚੰਦ ਕੌਰ ਦੀ ਗੱਲ ਕਰੀਏ। ਬਹੁਤ ਵੱਡੀ ਗੱਲ ਹੈ, ਪਰ ਬਹੁਤ ਮਾੜੀ ਗੱਲ ਕੀ ਹੈ ਸਾਡੇ ਵਾਸਤੇ ਜਿਹੜੇ ਆਪਾਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਢਾਹ ਦਿੰਦੇ ਹਾਂ, ਤਾਂ ਢਾਹ ਦਿੰਦੇ ਹਾਂ ਕਿ ਆਪਾਂ ਉੱਥੇ ਕਬਜ਼ੇ ਕਰਨੇ ਹੁੰਦੇ ਹਨ। ਇਹ ਗੱਲ ਸੱਚੀ ਕੌੜੀ ਸੱਚਾਈ ਹੈ। ਇੱਕ ਮੈਂ ਹੋਰ ਐਗਜ਼ਾਮਪਲ ਦੇ ਕੇ ਆਪਣੀ ਵੀਡੀਓ ਖਤਮ ਕਰਦਾ ਹਾਂ। ਹੁਣ ਵੇਖੋ ਦੋਸਤੋ, ਵੀਡੀਓ ਆਪਾਂ ਸੁਣ ਲਈ, ਇਤਿਹਾਸ ਸੁਣ ਲਿਆ ਵਾ। ਹੁਣ ਤੋ ਤਾਂ ਇਹ ਸਾਰਾ ਇਲਾਕਾ ਜਿਹੜਾ ਵਾ ਮਹਾਰਾਣੀ ਚੰਦ ਕੌਰ ਇੱਥੋਂ ਦੀ ਸੀ ਨਾ, ਇੱਥੇ ਮਹਾਰਾਜਾ ਰਣਜੀਤ ਸਿੰਘ ਇੱਥੇ ਵਿਆਹ ਸੀ ਨਾ, ਮਹਾਰਾਜ ਉਹਨਾਂ ਦਾ ਵਿਆਹ ਸੀ ਨਾ,
ਜਿਹੜਾ ਖੜਕ ਸਿੰਘ ਨਹੀਂ ਆਪਣੀ ਹੋ ਗਈ ਲਗਭਗ 56 ਸਾਲ ਨਹੀਂ, ਜਦੋਂ ਤੁਸੀਂ 8-9 ਸਾਲ ਦੇ ਉਦੋਂ ਤੁਸੀਂ ਪਾਣੀ ਵੇਖਿਆ ਵਾ? ਹਾਂ ਬਿਲਕੁਲ ਵੇਖਿਆ, ਉਹਦਾ ਪੂਰਾ ਇੱਥੋਂ ਤੱਕ ਪਾਣੀ ਹੁੰਦਾ ਸੀ, ਨਾਲੇ ਇਹ ਪੋਜੀਸ਼ਨ ਹੀ ਨਹੀਂ ਹੁੰਦੀ, ਪੂਰਾ ਖਾਲੀ ਹੁੰਦਾ ਸੀ ਆ ਪਿੱਛੇ ਆ, ਤੇ ਕੱਲਾ ਤਲਾਬ ਵੀ ਲੋਕੀ ਕੱਪੜੇ ਧੋਣਦੇ ਸੀ, ਆ ਲੋਕਾਂ ਨੇ ਵਲ ਵੁਲ ਲਿਆ ਵਾ ਜਿਹੜਾ ਸਾਰਾ ਕੁਝ, ਇਹੋ ਚੀਜ਼ਾਂ ਮਾੜੀਆਂ ਨਾ, ਆ ਸਾਰਾ ਕੁਝ ਜਿਹੜਾ ਪੌੜ ਸਾਰੇ ਮਲਿਆ, ਪੌੜ ਵੇਖੋ ਆ ਪੌੜ ਤੇ ਕਿੱਥੋਂ ਤੱਕ ਆਏ ਆ, ਆ ਵੇਖੋ ਨਾ ਆ ਪੌੜ 1, 2, 3, 4 ਮੈਨੂੰ ਲੱਗਦਾ ਹੋਰ ਇੱਕ, ਹਾਂ ਨਹੀਂ ਉਹ ਜਿੰਨੇ ਉੱਥੇ ਸੀ ਨਾ ਇਹ ਉਨੇ ਹੀ, ਗਿਣ ਲਓ ਤੁਸੀਂ 1, 2, 3, 4, 5, 6, 7 ਹੀ, ਹੁਣ ਕਿੰਨੇ ਬਚੇ ਆ? 1, 2, 3, 4, 3 ਲਵੇਟੇ ਗਏ ਆ। ਮੈਨੂੰ ਹੋਰ ਪਤਾ ਲੱਗਾ ਜੇ ਵੀ ਇੱਥੇ 40-50 ਸਾਲ ਪਹਿਲਾਂ ਇੱਕ ਬੜਾ ਵੱਡਾ ਕਿਲਾ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹਦੀਆਂ ਨਿਸ਼ਾਨੀਆਂ ਦੇ ਨਿਸ਼ਾਨੀਆਂ ਸਾਰੀਆਂ ਵਲ ਗਏ ਹੈ ਨਾ, ਦੀਵਾਨ ਦਿਲਬਾਗ ਰਾਏ ਬੀਬੜਾ ਉਹਨਾਂ ਦੇ ਦੀਵਾਨ ਸੀਗੇ, ਸਾਰਾ ਹਿਸਾਬ ਕਿਤਾਬ ਉਹੀ ਰੱਖਦੇ ਤੇ ਉਹਨਾਂ ਦਾ ਦੀਵਾਨਾਂ ਵਾਲਾ ਬਾਗ ਜਿਹੜਾ ਉਹਨਾਂ ਦੇ ਨਾਂ ਤੇ ਹੀ ਵੱਜਦਾ ਹੈ, ਉੱਥੇ ਉਹਨਾਂ ਦਾ ਰੈਜ਼ੀਡੈਂਸ ਹੈਗਾ ਸੀ ਦੀਵਾਨ ਦਿਲਬਾਗ ਰਾਏ ਬੀਬੜਾ ਦਾ। ਅੱਛਾ, ਤੇ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਵੀ ਹਰ ਚੀਜ਼ ਇਨਵੈਸਟ ਹੁੰਦੀ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਖਤਮ ਹੁੰਦੀ ਜਾਂਦੀ ਹੈ, ਤੇ ਲੋਕਾਂ ਵੱਲੋਂ ਵੀ ਇੱਧਰ ਉੱਧਰ ਚਲੋ ਹਿਸਾਬ ਕਿਤਾਬ ਹੋ ਗਿਆ, ਜਿਹਨੇ ਕਬਜ਼ਾ ਕਰਨਾ ਉਹਨੇ ਨਹੀਂ ਦੱਸਣਾ ਕੁਛ ਵੀ, ਉਹਨੇ ਦਿਨ ਦੱਪਣਾ ਵਾ। ਚਲੋ ਸਰਕੋਲ ਸਿੰਘ ਜੀ, ਉਹ ਬਹੁਤ ਰਹਿੰਦੇ, ਤੁਸੀਂ ਬਹੁਤ ਖਿੱਚ ਕਰਨ ਡੇ, ਮਿਹਨਤ ਤੁਸੀਂ ਕਰਨ ਡੇ ਸੀਗਾ, ਨਹਿਰ ਦਾ ਪਾਣੀ ਇੱਥੇ ਦੇ ਨਾਲ ਤਲਾਬ ਦੇ, ਨਹੀਂ ਮੈਂ ਨਹੀਂ ਬਹੁਤ ਮਿੱਠਾ, ਮੈਂ ਨਹਿਰ ਦਾ ਪਾਣੀ ਆਉਂਦਾ ਹੁੰਦਾ ਸੀਗਾ ਇੱਥੇ ਆਉਂਦਾ ਸੀ, ਫਿਰ ਉਹਨਾਂ ਦੇ ਘਰ ਤੋਂ ਜਿੱਥੇ ਦੀਵਾਨ ਦਿਲਬਾਗ ਰਾਏ ਦਾ ਉਹਨਾਂ ਦਾ ਘਰ ਆ, ਉੱਥੋਂ ਫਿਰ ਵੀ ਗੁਫਾ ਹੁੰਦੀ ਇੱਥੇ, ਇੱਥੋਂ ਤੱਕ ਅਟੈਚ ਸੀ ਨਾਲ, ਸ਼ਾਇਦ ਅਸੀਂ ਸਾਨੂੰ ਇੰਨਾ ਨਹੀਂ ਪਤਾ ਪਰ ਹੈਗੀ ਹਾਲੇ ਵੀ ਹੈਗੀ, ਉਹਨੂੰ ਪੁੱਟਿਆ ਜਾਏ ਨਾ ਉਹਨਾਂ ਦੇ ਘਰ ਘਰ ਉਹਨਾਂ ਦਾ ਬਾਜ਼ਾਰ 'ਚ ਜਿੱਥੇ ਗੁਲਾਟੀਆਂ ਦਾ ਘਰ ਉਹਦੇ ਲਾਗੇ ਸਾਹਮਣੇ ਉਹਨਾਂ ਦਾ, ਮਤਲਬ ਦੀਵਾਨ ਦਿਲਬਾਗ ਰਾਏ ਉਹਨਾਂ ਦਾ ਹੁੰਦਾ। ਫਿਰ ਅਸੀਂ ਕਹਿੰਦੇ ਹਾਂ ਵੀ ਉਹ ਸਮਾਂ ਪਛੜਿਆ ਸਮਾਂ ਸੀ, ਉਹ ਹਰ ਤੋਂ ਕਿਤੇ ਗਾਂ ਸਮਾਂ ਸੀ, ਆ ਜਿੰਨਾ ਦੀਵਾਨਾਂ ਵਾਲਾ ਬਾਗ ਇਹਨਾਂ ਦਾ ਕੋਈ ਇਹਨਾਂ ਦੀ ਮਰਜ਼ੀ ਤੋਂ ਬਗੈਰ ਜਾ ਥੋੜ੍ਹੀ ਸਕਦਾ ਸੀਗਾ, ਇਹਦੇ ਗੇਟ ਹੁੰਦਾ ਸੀ ਇੱਕ, ਇੱਧਰ ਗੇਟ ਹੈ ਇੱਕ, ਉਹ ਪਰਲੇ ਪਾਸੇ ਜਿੱਥੇ ਮੱਛੀ ਮਾਰਕੀਟ ਵੱਲ ਉੱਧਰ ਗੇਟ ਹੈਗਾ ਵਾ, ਆਹ ਝੁੰਨਾ ਹੀ ਲੱਗਾ ਝੁੰਨਾ ਹੀ ਪਰ ਟੇਟ ਨਹੀਂ ਹੈ ਸੀ। ਸਮੇਂ ਦੇ ਹਿਸਾਬ ਨਾਲ ਸਭ ਚੀਜ਼ ਨਸ਼ਟ ਹੋਈ ਜਾਂਦੀ ਹੈ, ਨਾ ਪੁਰਾਣੀ ਮੈਂ ਇੱਥੇ ਪੜ੍ਹਦਾ ਰਿਹਾ 3 ਸਾਲ ਇੱਥੇ ਹੀ ਵਧੀਆ ਸਾਰਾ ਬਾਬਾ ਨਹੀਂ ਸਹੀ ਹੋਏ ਬਾਬਾ। ਅਸੀਂ ਆਪਣੀ ਆਪਣੀ ਝਾਤੀ ਆਪੇ ਮਾਰਨੀਆਂ, ਮੰਨ ਲਓ ਅਸੀਂ ਸਿੱਖ ਹਾਂ, ਮੰਨ ਲਓ ਮੈਂ ਸਿੱਖ ਹਾਂ, ਕੋਈ ਬੰਦਾ ਕੋਈ ਹਿੰਦੂ ਆ ਕੋਈ ਮੁਸਲਮਾਨ ਆ, ਉਹ ਆਪਣੇ ਧਰਮ 'ਚ ਸੰਪੂਰਨ ਆ, ਸਿੱਖ ਵੀ ਸੰਪੂਰਨ ਆ, ਹਿੰਦੂ ਵੀ ਸੰਪੂਰਨ ਆ ਅਤੇ ਮੁਸਲਮਾਨ ਵੀ ਸੰਪੂਰਨ ਆ, ਪਰ ਉਹਨੇ ਆਪਣੀ ਜ਼ਿੰਦਗੀ ਵਿੱਚ ਜਿਹੜੇ ਘਰ 'ਚ ਰਹਿ ਰਿਹਾ ਵਾ ਉਹ ਘਰ ਕਿਸੇ ਦਾ ਦੱਬਿਆ ਵਾ, ਕਿਤੇ ਨਜਾਇਜ਼ ਕਬਜ਼ਾ ਕੀਤਾ ਵਾ, ਅਤੇ ਹੁਣ ਉਹਦੀ ਮਜਬੂਰੀ ਇਹ ਆ ਵੀ ਉਹ ਘਰ ਕਿਸੇ ਨੂੰ ਦੇ ਨਹੀਂ ਸਕਦਾ, ਨਵਾਂ ਘਰ ਲੈ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਪੈਸੇ ਆ ਨਹੀਂ, ਅਤੇ ਹੁਣ ਉਹਨੇ ਕਬਜ਼ਾ ਕੀਤਾ ਵਾ, ਕਬਜ਼ਾ ਸਾਰੀ ਜ਼ਿੰਦਗੀ ਉਹਨੇ ਨਜਾਇਜ਼ ਕਬਜ਼ਾ ਕਰ ਲਿਆ ਵਾ, ਅਤੇ ਬਾਬੇ ਨਾਨਕ ਜੀ ਦਾ ਟੱਲ ਫਰਮਾਇਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਕਿ ਉਹ ਰੱਬ ਦੇ ਘਰ ਆਪਣਾ ਧਰਮ ਪੂਰਾ ਨਿਭਾਉਣ ਡਿਆ ਵਾ, ਜੋ ਲੋਕਾਂ ਨੂੰ ਦੇਖਣ ਡਿਆ ਵਾ, ਲੋਕਾਂ ਨੂੰ ਦੇਖਦਾ ਵਾ ਵੀ ਇਹ ਪੂਰਾ ਧਾਰਮਿਕ ਹੈ ਪੂਰਾ ਧਰਮੀ ਆ, ਪਰ ਅਸਲ 'ਚ ਸੱਚਾਈ ਇਹ ਆ ਵੀ ਉਹਨੇ ਕਬਜ਼ਾ ਕੀਤਾ ਜਿਹਦਾ ਕਿਸੇ ਨੂੰ ਨਹੀਂ ਪਤਾ, ਹੁਣ ਕੀ ਉਹ ਰੱਬ ਦੇ ਘਰ ਹੋ ਜਾਏਗਾ ਸੰਪੂਰਨ? ਇਹਦੇ ਜਿਹੜੇ ਉੱਤਰ ਆ ਇਹਦਾ ਉੱਤਰ ਤਾਂ ਆਨਸਰ ਤਾਂ ਇਹੋ ਹੀ ਆਏਗਾ ਵੀ ਨਹੀਂ, ਉਹ ਨਹੀਂ ਹੋ ਸਕਦਾ। ਫਿਰ ਸਾਨੂੰ ਕੀ ਲੋੜ ਆ? ਸਾਨੂੰ ਲੋੜ ਆ ਆਪਣੇ ਆਪਣੀ ਝਾਤੀ ਮਾਰਨ ਦੀ, ਸ਼ੀਸ਼ੇ ਅੱਗੇ ਖਲੋ ਕੇ ਆਪਣੀ ਝਾਤੀ ਆਪੇ ਮਾਰਨ ਦੀ, ਕਿਸੇ ਦੀ ਝਾਤੀ ਸਾਡਾ ਮਾਰਨਾ ਫਰਜ਼ ਨਹੀਂ ਆ। ਜੇ ਕਿਸੇ ਵੱਲ ਵੇਖਣਾ ਵਾ ਤਾਂ ਉਹਦੇ ਪੋਜ਼ਿਟਿਵ ਗੁਣ ਵੇਖੀਏ, ਅਤੇ ਜੇ ਵੇਖਣੇ ਆ ਨੈਗੇਟਿਵ ਗੁਣ ਵੇਖਦਾ ਚਾਅ ਹੈਗਾ ਵਾ ਤਾਂ ਉਹ ਫਿਰ ਸ਼ੀਸ਼ੇ ਅੱਗੇ ਖਲੋਣਾ ਹੀ ਮੇਰੇ ਹਿਸਾਬ ਨਾਲ ਬਿਹਤਰ ਆ। ਤੁਸੀਂ ਜਦੋਂ ਕਿਸੇ ਨੂੰ ਉਹ ਭਾਵੇਂ ਉਹਦੇ 'ਚ ਨੈਗੇਟਿਵ ਗੁਣ ਹੈਗੇ ਆ, ਜਦੋਂ ਆਪਾਂ ਨੈਗੇਟਿਵ ਗੁਣ ਉਹਦੇ ਮੂੰਹ 'ਤੇ ਕਹਿ ਦਿੰਦੇ ਹਾਂ ਨਾ, ਤਾਂ ਉਹ ਬੰਦਾ 5 ਕਦਮ ਜੋ ਹੈਗਾ ਵਾ ਉਹ ਤੋਂ ਪਿੱਛੇ ਹੋ ਜਾਂਦਾ ਵਾ।
ਇੱਦਾਂ ਆਪਾਂ ਪਤਾ ਨਹੀਂ ਕਿੰਨੇ ਕਿੰਨੇ ਕਦਮ ਲੋਕਾਂ ਨੂੰ ਪਛਾਣ ਕਰ ਦਿੰਦੇ ਹਾਂ, ਅਸੀਂ ਆਪਣੇ ਧਰਮ ਤੋਂ ਲੋਕਾਂ ਨੂੰ ਆਪ ਹੀ ਦੂਰ ਕਰ ਦਿੰਦੇ ਹਾਂ, ਪਰ ਟ੍ਰੈਂਡ ਇਹ ਬਣਾਇਆ ਵੀ ਅਸੀਂ ਜੋੜਨ ਡੇ ਹਾਂ, ਜਦੋਂ ਕਿ ਅਸੀਂ ਜੋੜਨ ਡੇ ਅਸੀਂ ਉੱਥੋਂ ਤੋੜਨ ਡੇ ਹਾਂ। ਜੇ ਜੋੜਨਾ ਵਾ ਤੁਸੀਂ ਆਪਣੀ ਐਗਜ਼ਾਮਪਲ ਸੈੱਟ ਕਰੋ, ਸਾਰੀ ਜ਼ਿੰਦਗੀ ਜੋ ਤੁਸੀਂ ਖੱਟਿਆ ਕਮਾਇਆ ਤੁਹਾਡੇ ਵੱਲ ਵੇਖ ਕੇ ਲੋਕ ਆਪਣੇ ਆਪ ਪ੍ਰਭਾਵਿਤ ਹੋਣਗੇ ਅਤੇ ਜ਼ਰੂਰ ਇਹ ਚੀਜ਼ਾਂ ਹੋਣਗੀਆਂ। ਹੁਣ ਸਾਡੇ ਗੁਰੂਆਂ ਨੇ ਕੀ ਕੀਤਾ ਸੀ, ਇਹੋ ਕੀਤਾ ਸੀ, ਉੱਦਾਂ ਜੀ ਕੇ ਦੱਸਿਆ ਸੀ ਵੀ ਇਮਾਨਦਾਰੀ ਨਾਲ ਕਿੱਦਾਂ ਜੀਣਾ ਵਾ, ਧਰਮੀ ਬਣ ਕੇ ਕਿੱਦਾਂ ਜੀਣਾ ਵਾ। ਇਸੇ ਕਰਕੇ ਖਾਲਸਾ ਰਾਜ ਆਇਆ ਸੀ। ਅੱਜ ਖਾਲਸਾ ਰਾਜ ਕਿਉਂ ਨਹੀਂ ਆਉਂਦਾ? ਇਹੋ ਨਹੀਂ ਕਰਕੇ ਨਹੀਂ ਆਉਂਦਾ ਵੀ ਸਾਡੇ ਵਿੱਚ ਖਾਮੀਆਂ ਆਪਣੀਆਂ ਹੀ ਬਹੁਤ ਸਾਰੀਆਂ ਹੈ। ਉਹ ਖਾਮੀਆਂ ਜਿੰਨਾ ਦੂਰ ਨਹੀਂ ਕਰਦੇ ਉਹਨਾਂ 'ਚ ਕੁਝ ਨਹੀਂ ਹੋ ਸਕਦਾ। ਸੋ ਲੋੜ ਆ ਆਪਣੀਆਂ ਖਾਮੀਆਂ ਦੀ ਸਵੈ ਪੜਚੋਲ ਕਰੀਏ, ਅਤੇ ਜੇ ਕਿਸੇ ਦੇ ਵੇਖਣੇ ਆ ਤਾਂ ਕਿਸੇ ਦੇ ਗੁਣ ਵੇਖੀਏ। ਗੁਰਬਾਣੀ ਇਹੋ ਹੀ ਕਹਿੰਦੀ ਆ, ਝਾਕਣਾ ਤਾਂ ਆਪਣੇ ਅੰਦਰ ਹੀ ਝਾਕੋ। ਚਲੋ ਇੰਨੀ ਬੇਨਤੀਆਂ ਨਾਲ ਵੀਡੀਓ ਅਸੀਂ ਖਤਮ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਮੇਰੇ ਵੱਲ ਸਾਰਿਆਂ ਨੂੰ। ਹੱਸਦੇ ਰਹੋ, ਵੱਸਦੇ ਰਹੋ ਜੀ, ਜਿੰਦਾ ਦਿਲ ਨਾਲ ਆਪਣੀ ਜ਼ਿੰਦਗੀ ਜਿਉਂਦੇ ਰਹੋ।